ਸਾਡਾ ਹੈ ਕਿ ਇੱਥੇ ਦੇ ਕੋਟੀ ਅਜੀਤ ਸਿੰਘ ਦੇ ਨਾਇਕ ਸੁਲਤਾਨ ਜੀ ਨੇ ਹਾਂਜੀ ਕਿਹਾ ਸੀ, ਅਪੀਲ ਕੀਤੀ ਸੀ ਕਿ ਖਾਲਸਾ ਜੀ ਕੱਲ੍ਹ ਪ੍ਰਾਨ ਦਾ ਤੁਸੀਂ ਸਾਡੇ ਕੋਟੀ ਅਜੀਤ ਸਿੰਘ ਵੀ ਆਓ ਇੱਥੇ, ਸਾਨੂੰ ਲੋਕਾਂ ਨੂੰ ਸੰਬੋਧਨ ਕਰੋ, ਸਾਨੂੰ ਆਪਣਾ ਦੱਸੋ, ਲੋਕਾਂ ਨੂੰ ਜਾਗਰਤ ਕਰੋ ਕਿ ਭਾਈ ਵੋਟ ਕਾਂਗਰਸ ਨੂੰ ਕਿਉਂ ਨਹੀਂ ਪਾਣੀ ਅਤੇ ਬੀਜੇਪੀ ਨੂੰ ਕਿਉਂ ਪਾਣੀ ਹੈ ਇਹਦੇ ਬਾਰੇ। ਫਿਰ ਆਏ ਇੱਥੇ ਦੱਸ ਰਹੇ ਹਾਂ, ਲੋਕਾਂ ਨੂੰ ਸਮਝਾਇਆ ਕਿ ਭਾਈ ਕਾਂਗਰਸ ਨੇ ਇਹ ਕੁਝ ਦੇਸ਼ਾਂ ਕੀਤਾ, ਸਾਡੇ ਚਾਹੋਂ ਕੀਤਾ, ਸਾਨੂੰ ਕਿਤਨਾ ਨੁਕਸਾਨ ਪਜਾਇਆ, ਗੋਲਡਨ ਟੈਂਪਲ ਕੱਟਾ ਕੀਤਾ, ਦਿੱਲੀ ਕਤਲੇਆਮ ਕਰਵਾਇਆ ਰਾਜੀਵ ਗਾਂਧੀ ਨੇ, ਔਰ ਜੋ ਕੁਛ ਹੋਇਆ ਉਹ ਸਾਡੇ ਨਾਲ ਉਹਨਾਂ ਨੇ ਅੱਛਾ ਨਹੀਂ ਕੀਤਾ ਕਿ ਭਾਈ ਸਾਨੂੰ ਵੋਟ ਕਾਂਗਰਸ ਨੂੰ ਨਹੀਂ ਪਾਉਣੀ ਚਾਹੀਦੀ। ਭਾਰਤੀ ਜਨਤਾ ਪਾਰਟੀ ਨੇ ਇਹ ਮੰਗ ਰੱਖੀ ਪਾਰਲੀਮੈਂਟ ਦੇ ਸਾਡੇ ਪ੍ਰਤਾਪ ਸਿੰਘ ਵਰਮਾ ਦੇ ਬੱਚੇ ਨੇ, ਪੰਕਜ ਵਰਮਾ ਨੇ ਐਮ ਪੀ ਨੇ, ਕਿ ਭਾਈ ਬਾਅਦ ਦੇ ਵਿੱਚ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੇ ਨਾਮ ਮਨਾਇਆ ਜਾਣ ਨਾ ਕਿ ਚਾਚਾ ਨਹਿਰੂ ਦੇ ਨਾਮ ਦੇ, ਤੋ ਬਾਲ ਦੇ ਵਿੱਚ ਬਾਲ ਬੱਚਿਆਂ ਦਾ ਦੇ ਵਿੱਚ ਜੇ ਚਾਚਾ ਨਹਿਰੂ ਬੱਚਾ ਥੋੜ੍ਹੇ ਤਾਂ ਉਹਨਾਂ ਦੱਸੋ, ਨਹਿਰੂ ਨੇ ਅਸਲੀਅਤ ਦੱਸਣ ਦੀ ਬਜਾਏ ਆਪਣੇ ਆਪ ਨੂੰ ਬਾਲ ਬਣ ਗਿਆ। ਇੱਕ ਤੋਂ ਵੱਡਾ ਕਾਂਗਰਸ ਕੀ ਧੋਖਾ ਕਰ ਗਈ ਸਿੱਖਾਂ ਦੇ ਨਾਲ, ਹੁਣ ਸਿੱਖਾਂ ਦੀ ਕੁਰਬਾਨੀਆਂ, ਹੁਣ ਗੋਬਿੰਦ ਸਿੰਘ ਦੇ ਛੋਟੇ ਬੱਚੇ ਛੋਟੇ ਛੋਟੇ ਸਨ, 7 ਸਾਲ ਦੇ, 9 ਸਾਲ ਦੇ, ਦੁਬਾਰਾ ਚੁਣਾਏ ਗਏ, ਆਪਣਾ 11 ਸਾਲ ਦੇ 13 ਸਾਲ ਦੇ ਬੱਚੇ ਸ਼ਹੀਦੀਆਂ ਪਾ ਗਏ, ਅਤੇ ਉਹਨਾਂ ਦੇਸ਼ ਮਨਾਉਣ ਦੀ ਬਜਾਏ ਇਹਨਾਂ ਨੇ ਆਪਣਾ ਦੇਸ਼ ਮਨਾ ਲਿਆ। ਚਾਚਾ ਨਹਿਰੂ ਨੇ ਜਿਹਨੇ ਕੀਤਾ ਹੀ ਦੇਸ਼ ਦੀ ਕੁਰਬਾਨੀ, ਜਿਹਨੇ ਜੰਮੂ ਕਸ਼ਮੀਰ ਦਾ ਮਸਲ ਨੂੰ ਖਰਾਬ ਕੀਤਾ, ਦੇਸ਼ ਨੂੰ ਪਿੱਛੇ ਲੈ ਗਏ ਆਜ਼ਾਦੀ ਲਈ, ਕਾਂਗਰਸ ਦਾ ਕੋਈ ਉਦੇਸ਼ ਨਹੀਂ ਆਜ਼ਾਦੀ ਲੈਣ ਵਾਲੇ, ਸ਼ਹੀਦ ਭਗਤ ਸਿੰਘ, ਸੁਭਾਸ਼ ਚੰਦਰ ਬੋਸ, ਊਧਮ ਸਿੰਘ, ਜਿਨ੍ਹਾਂ ਨੇ ਆਪਣਾ ਊਧਮ ਸਿੰਘ ਨੇ ਲੰਡਨ ਦੇ ਅਸੈਂਬਲੀ ਜਾ ਕੇ ਜਨਰਲ ਡਾਇਰ ਨੂੰ ਮਾਰ ਕੇ ਜਲ੍ਹਿਆਂਵਾਲੇ ਬਾਗ ਦਾ ਬਦਲਾ ਲਿਆ, ਉਹ ਭਗਤ ਸਿੰਘ, ਸ਼ਹੀਦ ਭਗਤ ਸਿੰਘ ਨੇ ਜਿਨ੍ਹਾਂ ਨੇ ਸੰਘਰਸ਼ ਲਈ ਆਜ਼ਾਦੀ ਲਈ ਕ੍ਰਾਂਤੀਕਾਰੀ ਹੋ ਕੇ ਸਾਬਤ ਕੀਤਾ, ਇਹਨਾਂ ਨੇ ਉਹਨਾਂ ਨੂੰ ਅਡਾਪਟ ਨਹੀਂ ਕੀਤਾ। ਇਸ ਤੋਂ ਵੱਡਾ ਤਰੋੜ ਦੇਸ਼ ਨੇ ਲੋਕ ਕਰ ਸਕਦੇ ਨੇ, ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਭ ਤੋਂ ਜਿਹਦੀ ਆਵਾਜ਼ ਚੁੱਕਦੇ ਨੇ ਸਾਡੀ, ਸਾਡਾ ਇਤਿਹਾਸ ਗੱਲ ਕੀਤਾ ਨਾ ਲੋਕਾਂ ਨੇ, ਇਤਿਹਾਸ ਨੂੰ ਜਿੰਦਾ ਕਰਨ ਵਾਸਤੇ ਤੁਸੀਂ ਨਰਿੰਦਰ ਮੋਦੀ ਨੂੰ ਵੋਟ ਦਿਓ, ਕਾਮਯਾਬ ਕਰੋ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਕੁਝ ਚੀਜ਼ਾਂ ਬਦਲ ਕੇ ਸਹੀ ਲਿਆਈਏ। ਅਤੇ ਔਰ ਸਿੱਖਾਂ ਨੇ ਮਨ ਬਣਾ ਲਿਆ, ਤੁਸੀਂ ਵੇਖਿਆ ਹੋਵੇਗਾ ਕਿੰਨੇ ਦਿਨ ਤੋਂ ਕਿ ਭਾਈ ਇਸ ਵਾਰ ਜੁਗਲ ਕਿਸ਼ੋਰ ਨਰਿੰਦਰ ਮੋਦੀ ਦੀ ਵੋਟ ਹੋਵੇਗੀ, ਆਉਣ ਵਾਲੀ ਦਿੱਲੀ ਸਰਕਾਰ 300 ਸੀਟਾਂ ਤੋਂ ਉੱਪਰ ਜਾਏਗੀ, ਇਹ ਸਾਡਾ ਸੰਘਰਸ਼ ਰਹੇਗਾ, ਅਸੀਂ ਲਾ ਜਾਈਏ। ਸਰ, ਜਿਸ ਤਰ੍ਹਾਂ ਅੱਜ ਕੱਲ੍ਹ ਹੁਣ ਕਾਂਗਰਸ ਨੇ ਅਤੇ ਐਨਸੀ ਨੇ ਆਪਣਾ ਸਾਂਝਾ ਉਮੀਦਵਾਰ ਪੇਸ਼ ਕੀਤਾ, ਤਾਂ ਇਸ ਨਾਲ ਕੋਈ ਫਰਕ ਪਏਗਾ? ਕੋਈ ਫਰਕ ਨਹੀਂ ਪਏਗਾ, ਲੋਕ ਜਾਣਦੇ ਨੇ ਐਨਸੀ ਨੂੰ, ਐਨਸੀ ਕਹਿ ਰਹੀ ਹੈ ਕਿ ਭਾਈ 370-35 ਹੈ, ਉਹ ਕਿਸੇ ਨੂੰ ਪਤਾ ਨਹੀਂ 370 ਲੱਗਿਆ ਕਦੋਂ, 370 ਹੈ ਕੀ ਹੈ, 35 ਹੈ ਕੀ ਹੈ, ਬਸ ਕਰੋ ਅਲੱਗ ਪ੍ਰਧਾਨ ਮੰਤਰੀ ਬਣਾਉਣਾ, PM ਬਣਾਉਣਾ, ਕਿਆ ਉਮਰ ਅਬਦੁੱਲਾ ਜੀ ਨੂੰ ਜਸਟੀਫਾਈ ਕਰ ਸਕਦਾ, ਉਹਦਾ ਦਾਦਾ ਠੀਕ ਸੀ ਜਾਂ ਠੀਕ ਹੈ, ਉਹਦਾ ਦਾਦੇ ਨੇ ਸ਼ੇਖ ਮੁਹੰਮਦ ਅਬਦੁੱਲਾ ਸਾਹਿਬ ਨੇ CM ਬਣ ਗਿਆ, ਉਹਨੇ ਕਿਹਾ ਪ੍ਰਾਈਮ ਮਿਨਿਸਟਰ ਦੀ ਜ਼ਰੂਰਤ ਨਹੀਂ ਹੈ, ਮੈਂ CM ਹੀ ਬਣਾਂਗੇ, ਕਿਉਂਕਿ ਜ਼ਰੂਰਤ ਵਕਤ ਦੀ ਜ਼ਰੂਰਤ ਸੀ, ਜ਼ਰੂਰਤ ਨੂੰ ਸਮਝ ਕੇ ਜੋ ਫੈਸਲਾ ਕੀਤਾ, ਕਿਆ ਉਹ ਫੈਸਲਾ ਗਲਤ ਸੀ ਜਾਂ ਇਹ ਠੀਕ ਸੀ, ਬਸ।